बिस्मिल्लाहिर्रहमानिर्रहीम। मैं मोहम्मद सरफराज जी इस वेले नवा चक 14 तहसील सफदराबाद जिला शेखुपुरा दे विच मौजूद हाँ। ये जिहड़ी रेलवे लाइन लाहौर तो फैसलाबाद नूं जांदी है उहदे उत्ते नवा चक एक स्टेशन भी अजकल है कि बंद हो गया? बंद हो गया जी। बड़ा पुराना स्टेशन सी, लेकिन इस मुल्क दे विच ते रेलवे बंद हुंदी हुंदी बची आ। बहरहाल हजे भी है कागजां बहाली के और सफदराबाद दे दरमियान च है जी। तो मैं इस वेले एक पपीते दे बाग दे विच नाल मेरे हैगे पपीते दे बाग दे मालक जनाब यासीन साहब और उन्हां दे नाल हैगे जी अशरफ डोगर साहब। और ये अल्लाह दी शान है, तुसीं ये देख लो भी राई ते डोगर रल के काम करन डे ते बड़ा वधिया करन डे है। मैं थोड़ा जिहा नज़ारा बाग दा भी कर लईए, चलो नाल नाल हुंदा रहेगा। अस्सलाम वालेकुम जनाब यासीन साहब। वालेकुम अस्सलाम यासीन साहब। तुसीं ये दसो भी ये जिहड़ा पपीते दा बाग आ तकरीबन एक 3 महीने 10 दिन का बाग अच्छी सेहत है जी ये। चलो ये दसो तुहाडे कोल जिथे तुसीं कास्ट करन डए आ काबले कास्ट रकबा केड़ा केड़ा है, किन्ना है? सॉरी मतलब जिहदे च तुसीं पपीता लाया जां दूसरियां सब्जियां। वैसे तो मैं दस दिया जी कि इन्हां मुंडिया ने अपने आबियां कोलों थोड़ा जिहा रकबा लै के ना ते तजर्बाती तौर ते पपीता लाया। इहदे तों अलावा किहड़ियां फसलां लाने जी डोगर साहब? इस तों अलावा इक कणक, कणक मूंजी कमाद ओही रवायती फसलां। हाँ जी। ते पपीता तुसी लाया 10 अगस्त 2019 च, ते मशवरा किहने दित्ता तुहानू? ये जी मशवरा असी यूट्यूब चैनल ते पहले वीडियो देखते सी। अच्छा जी। बाकी तुहाडा नाम ही आ जांदा जी सरफराज साहब। अच्छा। तुहाडी असी मेहरबानी करते हां, बहुत शुक्रगुजार हां तुहाडे कि तुसी आवाम तक जिहड़ी आ आवाम तक इह चीज़ां पहुंचा रहे जी। गालां कढ़े साडे मुंडे खराब कर दित्ते आ। ਇਹਦਾ ਤਜਰਬਾ ਕਿੱਦਾਂ ਦਾ ਰਿਹਾ ਤੁਹਾਨੂੰ ਹੁਣ ਤੱਕ? ਤਜਰਬਾ ਜੀ ਮਾਸ਼ਾਅੱਲਾ ਹੁਣ ਤੱਕ ਤੇ ਠੀਕ ਆ, ਯਾਨੀ ਕਿ ਥੋੜ੍ਹੀ ਜਿਹੀ ਪਰੇਸ਼ਾਨੀ ਸਾਨੂੰ ਆਈ ਇਹਦੇ ਵਿੱਚ ਕੈਪਸੂਲ ਨਿਕਲਣਾ ਇਹਦੇ ਸਟਾਰਟ ਹੋਏ ਤੇ ਮਾਸ਼ਾਅੱਲਾ ਅਸੀਂ ਬੜਾ ਖੁਸ਼ ਹੋਏ ਹਾਂ ਕਿ ਸਾਡੇ ਪਪੀਤੇ ਨੂੰ ਕੈਪਸੂਲ ਲੱਗਣ ਲੱਗ ਪਏ ਨੇ। ਅੱਛਾ ਜੀ। ਲੇਕਿਨ ਉਸ ਤੋਂ ਬਾਅਦ ਉਹ ਸੁੱਕ ਕੇ ਤੇ ਥੱਲੇ ਡਿੱਗਣ ਲੱਗ ਪਏ। ਅੱਛਾ। ਅਸੀਂ ਫਿਰ ਪਰੇਸ਼ਾਨ ਹੋ ਗਏ ਕਿ ਇਹ ਕੀ ਮਸਲਾ। ਅੱਛਾ ਜੀ। ਫਿਰ ਆਪਣਾ ਜਿਹੜੇ ਥੋੜ੍ਹੇ ਬਹੁਤੇ ਮਤਲਬ ਸਾਡੇ ਡਾਕਟਰ ਨੇ ਉਹਨਾਂ ਰਾਬਤਾ ਕੀਤਾ, ਦਵਾਈਆਂ ਦਵਾਈਆਂ ਦੱਸੀਆਂ ਉਹਨਾਂ ਨੇ। ਕਿਹੜੇ ਡਾਕਟਰ ਸੀਗੇ ਜੀ ਤੁਹਾਡੇ? ਇਹ ਜੀ ਸ਼ੇਖ ਅਸ਼ਰਫ ਮੁਹੰਮਦ ਅਸ਼ਰਫ, ਉਹ ਜਿਹੜੇ ਸਿੰਧ ਤੋਂ ਆਉਂਦੇ ਆ? ਹਾਂਜੀ। ਅੱਛਾ ਅੱਛਾ। ਬੜੀ ਦੂਰੋਂ ਮਸ਼ਵਰਾ ਉਹਨਾਂ ਨੇ ਕਿਹਾ ਜੀ ਆਪਣਾ ਇਹਨੂੰ ਬੁਰਾਨ ਦੀ ਕਮੀ ਆ। ਠੀਕ ਆ ਜੀ। ਤੇ ਬੁਰਾਨ ਨੂੰ ਸਪਰੇਅ ਵੀ ਕਰੋ। ਹਾਂਜੀ। ਔਰ ਫਲੱਡ ਵੀ ਕਰੋ। ਠੀਕ ਆ ਜੀ। ਅਸੀਂ ਫਿਰ ਨਾਲ ਸਪਰੇਅ ਕੀਤੀ, ਨਾਲ ਡ੍ਰਿੰਚ ਕਰ ਦਿੱਤਾ ਉਹਨੂੰ। ਅੱਛਾ ਜੀ। ਡ੍ਰਿੰਚ ਕੀ ਹੁੰਦਾ? ਡ੍ਰਿੰਚ ਮਤਲਬ ਹੋਲ ਮਾਰ ਕੇ ਇਹਦੇ ਨਾਲ ਜ਼ਮੀਨ 'ਚ। ਤੇ ਤੁਸੀਂ ਨਾ ਜੀ ਇਸ ਤਰ੍ਹਾਂ ਕਰੋ, ਇਹਦੇ ਲਾਓ ਹੱਥ ਜਿੱਥੇ ਡ੍ਰਿੰਚ ਕੀਤਾ, ਮਸਲਾ ਇੰਨੀ ਕੁ ਜਗ੍ਹਾ ਛੱਡ ਕੇ ਜੀ ਇੱਕ ਗਿੱਟ ਸਾਰੀ ਜਿੱਥੇ ਤੁਹਾਡਾ ਅੰਗੂਠਾ। ਹਾਂ ਹਾਂ ਰੱਖੀ। ਅੱਛਾ ਜੀ। ਇੱਥੇ ਜੇ ਆਪਣਾ ਹੋਲ ਮਾਰਨਾ ਤੁਸੀਂ, ਉਸ ਤੋਂ ਬਾਅਦ ਦਵਾਈ ਜਿਹੜੀ ਹੈ ਨਾ ਉਹ ਇਹਦੇ ਅੰਦਰ ਪਾ ਦੇਣੀ। ਹੋਲ ਕਾਹਦੇ ਨਾਲ ਮਾਰਿਆ? ਹੋਲ ਮਤਲਬ ਕੋਈ ਕਿੱਲੇ ਕੁੱਲੇ ਨਾਲ ਉਹਨੂੰ ਠੋਕ ਦਿੱਤਾ ਉਹ ਤੋਂ ਨਾਲ ਮੋਰੀ ਗੱਡੀ ਕੱਢ ਕੇ ਤੇ ਫਿਰ ਵਿੱਚ। ਹਾਂਜੀ। ਉਹ ਦਵਾਈ ਪਾ ਦਿੱਤੀ। ਠੀਕ ਹੈ। ਇਹ ਡ੍ਰਿੰਚਿੰਗ ਕਹਿੰਦੇ ਜੀ ਉਹਨੂੰ, ਕਹਿੰਦੇ ਡ੍ਰਿੰਚਿੰਗ। ਹਾਂਜੀ। ਉਸ ਤੋਂ ਬਾਅਦ ਠੀਕ ਹੋ ਗਿਆ ਜੀ? ਉਸ ਤੋਂ ਬਾਅਦ ਜੀ ਹਲੇ ਜੀ 3 ਦਿਨ ਹੋਏ ਇਸ ਕੰਮ ਨੂੰ। ਅੱਛਾ। 3 ਦਿਨ ਥੋੜ੍ਹੀ ਜਿਹੀ ਕੋਈ ਬਿਹਤਰੀ ਜਿਹੜੀ ਨਜ਼ਰ ਆਈ ਹੈ। ਅੱਲਾਹ ਤਾਲਾ ਬਰਕਤ ਪਾਵੇ। ਇਹ ਇਹਦਾ ਬੀਜ ਲਿਆ ਸੀ ਜਾਂ ਪਨੀਰੀ ਲਈ ਸੀ? ਇਹ ਜੀ ਬੀਜ ਲਿਆ ਸੀ ਅਸੀਂ, ਪਨੀਰੀ ਅਸੀਂ ਜੀ ਮਾਸ਼ਾਅੱਲਾ ਆਪ ਸੀ ਆਪਣਾ ਤਿਆਰ ਕੀਤੀ ਇਹਦੀ। ਅੱਛਾ। ਗੁੱਡ। ਔਰ ਅਸੀਂ ਨਰਸਰੀ ਵੀ ਬਣਾਈ, ਅਸੀਂ ਸੇਲ ਵੀ ਕਰਦੇ ਹਾਂ। ਗੁੱਡ। ਹਾਂਜੀ। ਅੱਛਾ। ਇੱਕ ਬੀਜ ਕਿੱਥੋਂ ਲਿਆ ਸੀ? ਇਹ ਬੀਜ ਲਿਆ ਸੀ ਜੀ ਆਪਣਾ ਸੁਹੇਲ ਸਾਹਿਬ ਕੋਲ ਜੀ, ਜਿਹੜੇ ਆਪਣਾ ਨਹੀਂ ਉਹ ਅਬਰਾਰ ਤੇ ਸੁਹੇਲ। ਅੱਛਾ ਜੀ। ਸੁਹੇਲ ਸਾਹਿਬ ਸਿੰਧ ਦੇ ਆ? ਹਾਂਜੀ। CSD ਵਾਲੇ ਤੇ ਅਬਰਾਰ ਸਾਹਿਬ ਉਹ ਜਿਹੜੇ 43 GDO ਕੜੇ ਵਾਲੇ? ਬਿਲਕੁਲ ਜੀ। ਇਹ ਕਿਹੜੀ ਵੈਰਾਈਟੀ ਆ? ਇਹ ਜੀ ਬਿਗ ਡੈਡੀ ਜਿਹਨੂੰ ਵੱਡਾ ਬਾ ਕਹਿੰਦੇ ਆ। ਅਸਤਗਫਰੁੱਲਾ। ਸੁਹੇਲ ਸਾਹਿਬ ਜਾਣਦੇ ਹੋ, ਇਹ ਕੋਈ ਨਾਂ ਚੱਜ ਦਾ ਰੱਖੋ, ਹੁਣ ਵੱਡੇ ਬਜ਼ੁਰਗ ਸਾਡੇ ਫਸਲਾਂ 'ਚ ਨਾ ਵੜੋ। ਤੁਹਾਡੇ ਕੋਲ ਇਹ ਹੈਗਾ? ਅੱਛਾ, ਉਹ ਜੀ ਸੁਹੇਲ ਸਾਹਿਬ ਵਾਲਾ ਜਿਹੜਾ ਵੱਡਾ ਬਜ਼ੁਰਗ ਆ। ਵੈਸੇ ਕਿਹੜੀ ਵੈਰਾਈਟੀ ਤੁਹਾਨੂੰ ਚੰਗੀ ਲੱਗਦੀ ਹੈ?
ਸਾਨੂੰ ਮਾਸ਼ਾਅੱਲਾ ਜਿੰਨੀ ਇਹਦੀ ਧੁੰਮ ਪਈ ਸੀ ਇਹਦੇ ਬਾਰੇ ਸੁਣਿਆ ਸੀ। ਵੈਸੇ ਠੀਕ ਹੈ, ਮੈਂ ਵੀ ਕਹਿੰਦਾ ਕਿ 3 ਮਹੀਨਿਆਂ ਦੇ ਵਿੱਚ ਦੇਖੋ ਕਿੰਨੇ ਸਿਹਤਮੰਦ ਔਰ ਤਵਾਨਾ ਇਹਦੇ ਪੌਦੇ ਆ ਤੇ ਮਾਸ਼ਾਅੱਲਾ ਅਸੀਂ ਬਹੁਤ ਖੁਸ਼ ਹਾਂ ਇਹਦੇ ਤੇ। ਜਿਹੜੇ ਇਹਦੇ ਨਾਗੇ ਲਾਏ ਆ ਤੁਸੀਂ ਉਹ ਵੀ ਐਸੀ ਵੈਰਾਈਟੀ ਦੇ ਆ? ਨਹੀਂ, ਉਹ ਸੁਪਰੀਮ ਦੇ ਲਾਏ ਆ। ਸੁਪਰੀਮ ਦੇ ਨਾਗੇ ਵੀ ਲਾ ਲਏ ਆ? ਖਾਲੀ 20 ਅਸੀਂ ਮਤਲਬ ਇਹਨਾਂ ਸਾਡੇ ਕੋਲ ਪਨੀਰੀ ਸੇਲ ਹੋ ਗਈ। ਅੱਛਾ, ਤੁਸੀਂ ਇਹ ਦੱਸੋ ਬਾਗ ਲਾਉਣ ਤੋਂ ਪਹਿਲਾਂ ਜ਼ਮੀਨ ਕਿਦਾਂ ਕਿਦਾਂ ਤਿਆਰ ਕੀਤੀ ਆ? ਜ਼ਮੀਨ ਜੇ ਇਹ ਜਿਹੜਾ ਕਿੱਲਾ ਬਿਗ ਡੈਡੀ ਦਾ, ਹਾਂਜੀ, ਇਹਦੇ 'ਚ ਅਸੀਂ ਕੋਈ ਢੇਰ ਕੋਈ ਚੀਜ਼ ਨਹੀਂ ਪਾਈ। ਅੱਛਾ ਜੀ। ਜਿੰਨਾ ਉਹ ਪਰਲੇ 2 ਕਿੱਲੇ ਕੱਦੂ ਦਾ, ਪਪੀਤਾ ਸੁਪਰੀਮ, ਉਹਦੇ ਵਿੱਚ 3-3 ਟਰਾਲੀਆਂ ਅਸੀਂ ਢੇਰ ਦੀਆਂ ਪਾਈਆਂ, ਪੁਰਾਣਾ 2 ਸਾਲ ਕ੍ਰਾਪਿੰਗ ਕੀਤੀ ਆ ਕੱਦੂ ਦੀ ਤੇ ਪਪੀਤੇ ਦੀ। ਹਾਂਜੀ, ਉਹ ਮਲਟੀ ਕ੍ਰਾਪਿੰਗ ਕੀਤੀ। ਅੱਛਾ, ਚਲੋ ਇਹਦੀ ਗੱਲ ਕਰਦੇ ਆ, ਇਹਦੇ ਵਿੱਚ ਤੁਸੀਂ ਢੇਰ ਨਹੀਂ ਪਾਇਆ? ਢੇਰ ਨਹੀਂ ਪਾਇਆ ਜੀ। ਤੇ ਕੀ ਪਾਇਆ ਫਿਰ ਬੀਜਣ ਤੋਂ ਪਹਿਲਾਂ? ਬੀਜਣ ਤੋਂ ਪਹਿਲਾਂ ਕੁਛ ਨਹੀਂ ਪਾਇਆ ਜੀ। ਵਾਈ ਕਿੰਨੀ ਕੁ ਵਾਰ ਵਾਈ? ਮਤਲਬ ਪਹਿਲਾਂ ਯਾਨੀ ਕਿ ਕਣਕ ਨਹੀਂ ਲੱਗੀ, ਇਹਨੂੰ ਸਾਹ ਮਿਲ ਗਿਆ 3-4 ਮਹੀਨੇ। ਅੱਛਾ, ਹਾਂਜੀ, ਠੀਕ ਆ। ਕਣਕ ਤੋਂ ਬਾਅਦ ਯਾਨੀ ਕਿ ਪਈ ਰਹੀ ਹੈ, ਠੀਕ ਆ। ਤੇ ਉਸ ਤੋਂ ਬਾਅਦ ਤਿਆਰ ਕਰਕੇ ਅਸੀਂ ਖਾਲੀਆਂ ਕੱਢ ਕੇ ਤੇ ਆਪਣਾ ਪਪੀਤਾ ਲਾ ਦਿੱਤਾ ਜੀ। ਅੱਛਾ ਜੀ, ਹਾਂਜੀ, ਬਸ ਖੁਰਾਕ ਹੀ ਦਿੱਤੀ ਆਪਣਾ DAP। ਖਾਦ ਥੱਲੇ ਕਿੰਨੀ ਕਿਹੜੀ ਪਾਈ ਸੀ? DAP। ਤੇ ਹੁਣ ਉੱਪਰ ਕਿਹੜੀ ਕਿਹੜੀ ਪਾਈ ਆ? ਉੱਪਰ ਜੀ ਨੈਟਰੋਫਾਸ DAP। ਅੱਛਾ ਜੀ, ਔਰ ਪੋਟਾਸ਼। ਪੋਟਾਸ਼ ਜਦੋਂ ਪਨੀਰੀ ਮੁੰਤਕਲ ਕੀਤੀ ਆ ਖੇਤ ਦੇ ਵਿੱਚ ਤੁਸੀਂ ਨਰਸਰੀ ਤੋਂ, ਹਾਂਜੀ, ਉਦੋਂ ਕੋਈ ਅਹਤਿਆਤਾਂ ਕੀਤੀਆਂ ਜਾਂ ਕੋਈ ਜ਼ਰੂਰੀ ਹੈਗੀਆਂ ਤਾਂ ਕਿ ਦੋਸਤਾਂ ਨੂੰ ਪਤਾ ਲੱਗੇ? ਨਹੀਂ ਜੀ, ਸੁਣਿਆ ਤਾਂ ਬਹੁਤ ਕੁਛ ਸੀ ਵੀ ਦਵਾਈਆਂ ਇਹ ਉਹ, ਲੇਕਿਨ ਅਸੀਂ ਕੋਈ ਚੀਜ਼ ਨਹੀਂ ਫਲੱਡ ਕੀਤੀ। ਤੁਸੀਂ ਉੱਥੋਂ ਬੂਟੇ ਚੁੱਕੇ ਤੇ ਇੱਥੇ ਲਾ ਦਿੱਤੇ? ਇੱਥੇ ਲਾ ਦਿੱਤੇ। ਔਰ ਦੂਸਰੀ ਬਾਤ ਇਹ ਜੀ, ਅਸੀਂ ਇਹ ਮਾਸ਼ਾਅੱਲਾ ਨਰਸਰੀ ਜਿਹੜੀ ਆ ਪਿਓਰ ਇਸੇ ਜ਼ਮੀਨ ਦੀ ਮਿੱਟੀ 'ਚ ਤਿਆਰ ਕੀਤੀ ਆ। ਅੱਛਾ, ਇਸੇ ਮਿੱਟੀ ਦੇ ਵਿੱਚ? ਇਹ ਤਾਂ ਹੋਰ ਵਧੀਆ ਗੱਲ ਹੋ ਗਈ। ਕੋਈ ਮਤਲਬ ਅਸੀਂ ਉਹ ਨਹੀਂ ਪਾਈ ਜੀ, ਉਹ ਫਲਾਣੀ ਚੀਜ਼ ਪਾਓ ਅਤੇ ਉਹ ਪਾਓ, ਅਤੇ ਕੋਈ ਚੀਜ਼ ਨਹੀਂ ਪਾਈ ਅਸੀਂ। 1 ਏਕੜ ਦੇ ਵਿੱਚ ਕਿੰਨੇ ਪੌਦੇ ਲਾਏ ਤੁਸੀਂ? 750। ਇਹਨਾਂ ਨੇ 750 ਲਾਇਆ ਜੀ, ਉਹ ਤਾਂ ਕਹਿੰਦੇ 1000 ਲਾਓ, ਬਾਕੀ 850 ਲੱਗਦਾ। ਸਾਡਾ ਖੇਤ ਛੋਟਾ, 4 ਚਫੇਰੇ ਖਾਲਾ ਇਹਦੇ। ਅੱਛਾ ਜੀ, ਖਾਲਾ ਵੀ ਕਰਮ ਕਰਮ ਲੈ ਜਾਂਦਾ? ਹਾਂਜੀ, 4 ਚਫੇਰੇ ਖਾਲਾ ਅਤੇ ਉਹ ਗਿਆ, ਠੀਕ ਆ। ਅਤੇ ਬੂਟੇ ਤੋਂ ਬੂਟਾ ਕਿੰਨਾ ਫਾਸਲਾ ਰੱਖਿਆ ਤੁਸੀਂ? 10x6 ਜੀ। ਯਾਨੀ ਇਹ ਬੂਟੇ ਤੋਂ ਬੂਟਾ 6 ਫੁੱਟ, ਖੇਲ ਤੁਸੀਂ 10 ਫੁੱਟ ਲਾਇਆ? ਹਾਂਜੀ, ਸਾਡਾ ਇਹ ਇਰਾਦਾ ਸੀ ਇਹਦੇ ਵਿੱਚ ਕੋਈ ਮਲਟੀ ਕ੍ਰਾਪਿੰਗ ਕਰਾਂਗੇ। ਮਲਟੀ ਕ੍ਰਾਪਿੰਗ ਕਾਹਦੀ ਕਰਨੀ ਸੀ ਤੁਸੀਂ? ਅਸੀਂ ਜੀ ਇਹਦੇ 'ਚ ਹੁਣ ਬੰਦ ਗੋਭੀ ਲਗਾਉਣ ਲੱਗੇ, ਇਹਨੂੰ ਵਾਹ ਕੇ। ਹਾਂਜੀ, 2-2 ਸਿਆੜ ਜਿਹੜੇ ਨੇ ਉਹ ਬੰਦ ਗੋਭੀ ਦੇ ਲਾਉਣੇ। ਬੰਦ ਗੋਭੀ ਲਾਉਣੀ ਆ, ਤੁਸੀਂ ਰਾਈ ਆ ਨਾ, ਜੇ ਡੋਗਰ ਦੀ ਮਰਜ਼ੀ ਹੋਵੇ ਤਾਂ ਪੱਠੇ ਬੀਜੇ। ਇਹਦਾ ਪੌਦਾ ਵੈਸੇ ਸੁਣਿਆ ਤੁਸੀਂ ਕਿੰਨੇ ਦੀ ਅਰਸੇ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦਾ? ਹਾਂਜੀ, ਇਹ ਜੀ ਪਤਾ ਚੱਲਿਆ ਸੀ 1 ਸਾਲ ਦੇ ਵਿੱਚ ਪਹਿਲੀ ਫਸਲ ਇਹ ਦੇ ਦਿੰਦਾ। ਹਾਂਜੀ, 6 ਮਹੀਨਿਆਂ ਤੋਂ ਬਾਅਦ ਕਹਿੰਦੇ ਦੇਣ ਲੱਗ ਪੈਂਦਾ। ਤੁਹਾਡੇ ਤਾਂ ਹਜੇ ਮਹੀਨੇ ਥੋੜ੍ਹੇ ਆ, ਇੱਕ ਕੈਪਸੂਲ ਲੱਗ ਗਏ, ਫੁੱਲ ਵੀ ਲੱਗੇ ਆ, ਕਈਆਂ ਨੂੰ ਛੋਟੇ ਛੋਟੇ ਬਣੇ ਆ। ਹਾਂਜੀ, ਅਤੇ ਕਿੰਨਾ ਅਰਸਾ ਫਲ ਦਿੰਦਾ ਰਹਿੰਦਾ? ਇਹ ਜੀ ਸੁਣਨ 'ਚ ਆਇਆ ਕਿ ਮਸਤ ਜਿਹੜਾ 3 ਸਾਲ ਆ ਇਹਦਾ, 3 ਸਾਲ ਤੱਕ ਇਹ ਦਿੰਦਾ ਰਹਿੰਦਾ, ਉਹਦੇ ਤੋਂ ਬਾਅਦ ਫਿਰ ਪੈਦਾਵਾਰ ਘੱਟ ਹੋ ਜਾਂਦੀ। ਪੈਦਾਵਾਰ ਘੱਟ ਹੋ ਜਾਂਦੀ, ਬਾਅਦ 'ਚ ਵੀ ਫਲ ਦਿੰਦਾ। ਅੱਛਾ, ਇਹਨੂੰ ਪਾਣੀ ਕਿੰਨੇ ਕਿੰਨੇ ਦਿਨਾਂ ਬਾਅਦ ਦੇਣਾ ਚਾਹੀਦਾ? ਪਾਣੀ ਜੀ ਅਸੀਂ ਤਾਂ ਜਦੋਂ ਦੇਖਦੇ ਹਾਂ ਨਾ ਕਿ ਮਿੱਟੀ ਖੁਸ਼ਕ ਹੋ ਗਈ ਆ, ਹਾਂਜੀ, ਡਰਾਈ ਹੋ ਗਈ ਆ, ਉਸ ਟਾਈਮ ਅਸੀਂ ਪਾਣੀ ਲਗਾਉਣਾ, ਚਾਹੇ 10 ਦਿਨ ਗੁਜ਼ਰ ਜਾਣ, 15 ਦਿਨ, 20 ਦਿਨ ਗੁਜ਼ਰ ਜਾਣ। ਅੱਛਾ ਜੀ, ਅਸੀਂ ਜ਼ਮੀਨ ਫੋਲ ਕੇ ਦੇਖ ਲਈਦੀ ਆ। ਫੋਲ ਦੇਖਦੇ ਜਿਸਲੇ ਥੱਲੇ ਬੱਤਰ ਖੁਸ਼ਕ ਹੁੰਦਾ ਹੋਵੇ ਉਸਲੇ ਪਾਣੀ, ਉਸ ਟਾਈਮ ਅਸੀਂ ਪਾਣੀ ਲਗਾ ਦਿੰਦੇ ਹਾਂ। ਠੀਕ ਹੋ ਗਿਆ। ਅਮੂਮਨ ਵੈਸੇ ਕਿੰਨੇ ਕੁ ਦਿਨਾਂ ਬਾਅਦ ਉਹ ਬਣ ਜਾਂਦਾ ਕੰਮ? ਗਰਮੀਆਂ ਨੂੰ ਤਾਂ ਜੀ ਆਪਣਾ ਹਫ਼ਤੇ ਬਾਅਦ ਵੀ ਲਗਾਉਂਦੇ ਰਹੇ, ਯਾਨੀ ਕਿ 6-7 ਦਿਨ ਬਾਅਦ। ਹਾਂਜੀ, ਅਤੇ ਇਹਨੂੰ ਤੁਸੀਂ ਜੋ ਇਹ ਬੀਜਿਆ ਆ ਔਰ ਫਲ ਦੇਣ ਤੱਕ ਕਿਹੜੀਆਂ ਕਿਹੜੀਆਂ ਖਾਦਾਂ ਪਾਣੀਆਂ ਅਤੇ ਕਿਹੜੀਆਂ ਕਿਹੜੀਆਂ ਪਾਈਆਂ? ਅਸੀਂ ਜੀ ਇਹਨੂੰ ਹਾਲੇ ਤੱਕ 1 ਬੋਰੀ ਨੈਟਰੋਫਾਸ, 2 ਬੋਰੀ DAP। ਅੱਛਾ ਜੀ, ਔਰ 1 ਬੋਰੀ ਪੋਟਾਸ਼। ਇਹਨਾਂ 3 ਮਹੀਨਿਆਂ 'ਚ 2 DAP, 1 ਨਾਈਟ੍ਰੋਫਾਸ ਅਤੇ 1 ਪੋਟਾਸ਼। ਸੋਰੀ, ਪੋਟਾਸ਼ ਜਿਹੜੀ ਅੱਧੀ ਪਾਈ ਹੈ। ਅੱਧੀ ਪਾਈ, ਇਕੱਠੀ ਪਾਤੀ ਸੀ ਜਾਂ ਵੱਖਵੇਂ ਨਾਲ? ਵੱਖਵੇਂ ਨਾਲ ਜੀ। ਪਹਿਲਾਂ DAP ਪਾਈਆਂ, ਫਿਰ ਜਿਹੜੀ ਆ ਨਾਈਟ੍ਰੋਫਾਸ, ਉਹ ਕਿੰਨੇ ਅਰਸੇ ਬਾਅਦ ਪਾਈ? ਪਹਿਲੇ ਸਭ ਤੋਂ ਪਹਿਲੇ ਜੋ ਪੌਦਾ 1.5 ਮਹੀਨੇ ਦਾ ਸੀ, ਹਾਂਜੀ, 1 ਬੋਰੀ ਯਾਨੀ ਕਿ ਬੋਰੀ ਤੋਂ ਘੱਟ 40 ਕਿਲੋ ਅਸੀਂ ਫਲੱਡ ਕੀਤੀ ਉਦੋਂ। ਅੱਛਾ, ਨਾਲ ਨੀਲਾ ਥੋਥਾ 2 ਕਿਲੋ। ਅੱਛਾ ਜੀ, ਉਸ ਤੋਂ ਬਾਅਦ 3 ਮਹੀਨਿਆਂ ਬਾਅਦ ਫਿਰ ਇਹਨੂੰ 1 ਬੋਰੀ ਨੈਟ੍ਰੋਫਾਸ, 1 DAP, 1/2 ਬੋਰੀ ਪੋਟਾਸ਼। ਠੀਕ ਹੈ, ਇਹ ਫਲੱਡ DAP ਹੋ ਜਾਂਦੀ ਹੈ? ਹਾਂਜੀ, ਇਹਨੂੰ ਕੋਈ 5-7 ਘੰਟੇ ਭਿਉਂ ਕੇ ਰੱਖੋ ਤਾਂ ਫਿਰ ਹੋ ਜਾਂਦੀ ਹੈ। ਫਿਰ ਹੋ ਜਾਂਦੀ ਹੈ? ਹਾਂਜੀ, ਠੀਕ ਹੈ ਜੀ। ਇਹ ਜਿਹੜਾ ਹੈ ਜੀ, ਲਾਉਣ ਤੋਂ ਹੁਣ ਤੱਕ ਕੋਈ ਮਸਲੇ ਮਸਾਇਲ, ਕੋਈ ਬਿਮਾਰੀਆਂ, ਕੋਈ ਤਕਲੀਫਾਂ ਆਈਆਂ? ਬਿਮਾਰੀ ਜੀ ਅੱਲਾਹ ਦਾ ਸ਼ੁਕਰ ਹੈ, ਕੋਈ ਐਸੀ ਬਿਮਾਰੀ ਨਹੀਂ। ਲਗਾਉਂਦਿਆਂ ਸਾਰੇ ਕੁਛ ਪੌਦੇ ਵਾਇਰਸ ਦਾ ਸ਼ਿਕਾਰ ਹੋਏ ਸੀ। ਅੱਛਾ ਜੀ, ਯਾਨੀ ਕਿ 5-7 ਪੌਦੇ। ਅੱਛਾ ਜੀ, ਉਸ ਤੋਂ ਬਾਅਦ ਅਲਹਮਦੁਲਿਲਾ ਅਸੀਂ ਕੋਈ ਐਸੀ ਸਪਰੇਅ ਕੁਛ ਨਹੀਂ ਕੀਤਾ, ਅੱਲਾਹ ਨੂੰ ਕੰਟਰੋਲ ਹੋ ਗਿਆ। ਅਤੇ ਬਿਮਾਰੀ ਜਿਹੜੀ ਮਤਲਬ ਜੋ ਕੈਪਸੂਲ ਲੱਗੇ ਆ, ਅਤੇ ਉਹ ਜਲਸਾ ਉਹ ਆਇਆ ਕੈਪਸੂਲ ਨੂੰ, ਅਤੇ ਮਾਸ਼ਾਅੱਲਾ ਉਹ ਵੀ ਹੁਣ ਖਤਮ ਹੋ ਰਿਹਾ ਆਸਤਾ ਆਸਤਾ।
ਖੁਰਾਕ ਦੀ ਪਹਿਲੇ ਕਮੀ ਸੀ, ਅਸੀਂ ਪਹਿਲੇ ਖੁਰਾਕ ਨਹੀਂ ਦਿੱਤੀ, 3 ਮਹੀਨਿਆਂ ਬਾਅਦ ਸਹੀ ਖੁਰਾਕ ਦਿੱਤੀ ਇਹਨੂੰ। ਅਤੇ ਮੇਰਾ ਖਿਆਲ ਇਹ ਕਹਿੰਦਾ ਕਿ ਖੁਰਾਕ ਦੀ ਕਮੀ ਦੀ ਵਜ੍ਹਾ ਤੋਂ ਜਲਸਾ ਹੋ ਆਇਆ। ਠੀਕ ਆ, ਯਾਨੀ ਇਹਨੂੰ ਰਜਮੀ ਖੁਰਾਕ ਦਿਓ। ਹਾਂਜੀ, ਖੁਰਾਕ ਰਜਮੀ ਕੀ ਹੈ, ਇਹਨੂੰ ਖਾਦਾਂ ਪਾਓ, ਇਹਨੂੰ ਤੁਸੀਂ ਹੋਰ ਕੀ ਬੁਰਾਨ ਪਾਇਆ? ਹਾਂਜੀ, ਹੋਰ ਕੀ ਪਾਇਆ? ਹੋਰ ਮੈਂਕੋਜ਼ਿਕ ਪਾਈ ਆ, ਕਾਪਰ ਸਾਈਡ। ਅੱਛਾ, ਮੈਨੂੰ ਇਹ ਦੱਸੋ, ਤੁਸੀਂ ਕੋਈ ਮੰਡੀ ਦਾ ਵੀ ਪਤਾ ਕੀਤਾ, ਵਿਕਣਗੇ ਕਿੱਥੇ? ਮੰਡੀ ਸਫਦਰਾਬਾਦ 'ਚ ਮੈਂ ਕਿਸੇ ਰੇਹੜੀ 'ਤੇ ਨਹੀਂ ਦੇਖਿਆ ਪਪੀਤਾ। ਨਹੀਂ ਜੀ, ਇਹ ਪਤਾ ਚੱਲਿਆ ਜੀ, ਵੱਡੀਆਂ ਮੰਡੀਆਂ ਜਿਹੜੇ ਪਿੰਡੀ ਦੀ ਮੰਡੀ, ਲਾਹੌਰ, ਮੁਲਤਾਨ, ਕਰਾਚੀ, ਅਤੇ ਉੱਥੇ 1000 ਤੋਂ 1300 ਰੁਪਏ ਤੱਕ ਦੀ ਪੇਟੀ ਜਾਂਦੀ ਹੈ। ਠੀਕ ਹੈ ਜੀ, ਇੱਕ ਪੇਟੀ ਸਹੀ। ਅਤੇ ਬਾਕੀ ਜੀ ਬੜਾ ਬਜਟ ਇਹਦਾ ਦੱਸਦੇ, ਇੱਕ ਸਾਲ ਦੀ ਬੜੀ ਪ੍ਰੋਫਿਟ ਦੱਸਦੇ ਆ, ਦੱਸਦੇ ਆ ਹਜੇ ਅਸੀਂ ਦੇਖੀ। ਅਤੇ ਅਸੀਂ ਬੜੇ ਲੋਅ ਰੇਟ 'ਤੇ ਜਿਹੜਾ ਸਟਾਰਟ ਕੀਤਾ ਕਿ 25 ਰੁਪਏ ਕਿਲੋ ਵੀ ਇਹਦਾ ਫਰੂਟ ਹੋਵੇ। ਹਾਂਜੀ, ਅਤੇ ਇਹਦੇ 'ਚ ਜ਼ਿਮੀਦਾਰ ਨੂੰ ਤਾਂ ਵੀ ਮੁਨਾਫਾ ਫਾਇਦਾ ਹੀ ਆ, ਕਣਕ ਮੂੰਜੀ ਨਾਲੋਂ। ਜੀ ਠੀਕ ਹੋ ਗਿਆ। ਅਤੇ ਆ ਡੋਗਰ ਸਾਹਿਬ ਨੂੰ ਫੜਾਓ। ਡੋਗਰ ਸਾਹਿਬ, ਤੁਸੀਂ ਇਹ ਦੱਸੋ, ਤੁਸੀਂ ਇਹ ਨਵੇਂ ਪੰਗੇ ਦੇ ਵਿੱਚ ਪੈ ਗਏ, ਮੁੰਡਾ ਰਾਈਆਂ ਦਾ, ਇਹਨੇ ਤੁਹਾਨੂੰ ਜੀ ਜੀ ਹਾਂਜੀ, ਤੁਸੀਂ ਮੁਤਮੈਨ? ਹਾਂਜੀ ਇਨਸ਼ਾਅੱਲਾ ਜੀ, ਅਸੀਂ ਮੁਤਮੈਨ ਆ ਜੀ। ਇਹ ਦੱਸੋ, ਤੁਸੀਂ ਗਾਂ ਲਾਉਣਾ ਹੋਰ ਜਾਂ ਇਹਦੇ ਤੇ ਸਬਰ ਕਰ ਲੈਣਾ? ਨਹੀਂ ਇਨਸ਼ਾਅੱਲਾ ਜੀ, ਸਾਡੀ ਆਪਣੇ ਖੁਆਇਸ਼ ਆ ਵੀ ਤੀਸਰਾ ਕਿੱਲਾ ਵੀ ਲਾ ਦਈਏ ਜੀ। ਜਿਸ ਵੇਲੇ ਜੀ ਕਾਸ਼ਤਕਾਰ ਕਹਿੰਦਾ ਮੈਂ ਤੀਸਰਾ ਵੀ ਲਾ ਦਿਆਂ, ਤੇ ਫਿਰ ਇਹਦਾ ਮਤਲਬ ਉਹ ਖੁਸ਼ ਹੈ। ਹਾਂਜੀ, ਅੱਲਾਹ ਤਾਲਾ ਬਰਕਤ ਦੇਵੇ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਦੋਨਾਂ ਦਾ। ਹੁਣ ਰਲ ਕੇ ਇੱਕ ਨਾਰਾ ਮਾਰਨਾ, ਪਾਕਿਸਤਾਨ ਦਾ, ਪਾਕਿਸਤਾਨ ਜ਼ਿੰਦਾਬਾਦ। ਨਹੀਂ ਜੀ, ਰੋਟੀ ਨਹੀਂ ਖਾਧੀ ਲੱਗਦੀ। ਪਾਕਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਜੀ।